ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਅੱਜ ਮਜਬੂਰੀ ਵਸ਼ ਇਸ ਧਰਨੇ ਨੂੰ ਲਗਾਉਣਾ ਪੈ ਗਿਆ। ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਅਕਸਰ ਹੀ ਕਬਜ਼ਿਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਬਜ਼ੇ ਕੀਤੇ ਜਾਂਦੇ ਹਨ ਜ਼ਮੀਨਾਂ ਉੱਤੇ, ਘਰਾਂ ਉੱਤੇ, ਪਲਾਟਾਂ ਉੱਤੇ ਜਾਂ ਫਿਰ ਕਮਰਸ਼ੀਅਲ ਏਰੀਏ ਦੇ ਉੱਤੇ। ਇਹਨਾਂ ਕਬਜ਼ਿਆਂ ਨੂੰ ਲੈ ਕੇ ਕਈ ਵਾਰ ਵਿਵਾਦ ਵੀ ਉੱਠਦੇ ਹਨ, ਜਿਨ੍ਹਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦੇ ਹਨ। ਪਰ ਅੱਜ ਇੱਕ ਖਾਸ ਹੀ ਤਰ੍ਹਾਂ ਦਾ ਕਬਜ਼ਾ ਸਾਹਮਣੇ ਆਇਆ ਹੈ ਅਤੇ ਕਬਜ਼ਾ ਕੀਤਾ ਜਾ ਰਿਹਾ ਹੈ ਇੱਕ ਪਿੰਡ ਦੀ ਸਾਂਝੀ ਜਗ੍ਹਾ 'ਤੇ, ਜਿਸ ਨੂੰ ਆਖਰੀ ਘਰ ਗਿਣਿਆ ਗਿਆ ਹੈ, ਯਾਨੀ ਕਿ ਸ਼ਮਸ਼ਾਨ ਘਾਟ 'ਤੇ। ਬਟਾਲਾ ਦੇ ਨਜ਼ਦੀਕ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਖੜ੍ਹੇ ਹਾਂ, ਜਿੱਥੇ ਖੋਖਰ ਫੌਜੀਆਂ ਪਿੰਡ ਦੇ ਵਾਸੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਸਵੇਰ ਤੋਂ ਹੀ ਜਾਮ ਕੀਤਾ ਹੋਇਆ। ਮਾਮਲਾ ਹੈ ਕਿ ਪਿੰਡ ਦੀਆਂ ਸ਼ਮਸ਼ਾਨ ਘਾਟ ਜੋ ਨੇ ਉਹਦੇ ਉੱਤੇ ਇੱਕ ਬਾਬੇ ਵੱਲੋਂ ਕਬਜ਼ਾ ਕੀਤਾ ਜਾ ਰਿਹਾ। ਇਸ ਕਬਜ਼ੇ ਨੂੰ ਰੋਕਣ ਦੇ ਲਈ ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਅੱਜ ਮਜਬੂਰੀ ਵਸ਼ ਇਸ ਧਰਨੇ ਨੂੰ ਲਗਾਉਣਾ ਪੈ ਗਿਆ। ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਜੋ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਆ, ਖੋਖਰ ਫੌਜੀਆਂ ਪਿੰਡ ਦੇ ਨਜ਼ਦੀਕ ਇਸ ਨੂੰ ਜਾਮ ਕੀਤਾ ਹੋਇਆ। ਮਾਮਲਾ ਸ਼ਮਸ਼ਾਨ ਘਾਟ ਦੇ ਉੱਤੇ ਕੀਤੇ ਜਾ ਰਹੇ ਕਬਜ਼ੇ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਦੇ ਵੱਲੋਂ ਮਤਾ ਪਾ ਕੇ ਅਤੇ ਇਹ ਕਬਜ਼ੇ ਕਰਦਿਆਂ ਹੋਇਆਂ ਇਸ ਜਗ੍ਹਾ ਦਾ ਤਬਾਦਲਾ ਕਰ ਦਿੱਤਾ ਹੈ। ਪਰ ਜੇ ਗੱਲ ਕੀਤੀ ਜਾਵੇ ਤਾਂ ਸ਼ਮਸ਼ਾਨ ਘਾਟ ਦੇ ਉੱਤੇ ਕਬਜ਼ਾ ਜਿਹੜਾ ਹੈ ਉਹ ਇਹਨਾਂ ਪਿੰਡ ਵਾਸੀਆਂ ਨੂੰ ਨਾ ਮਨਜ਼ੂਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਵਾਲੀ ਜਗ੍ਹਾ ਜਿਹੜੀ ਹੈ ਉਹ ਲੱਖਾਂ ਦੀ ਹੈ, ਪਰ ਜਿੱਥੇ ਤਬਾਦਲਾ ਕੀਤਾ ਗਿਆ ਹੈ ਉਹ ਘੋੜੀਆਂ ਦੀ ਹੈ। ਪਰ ਉਹ ਕਹਿੰਦੇ ਹਨ ਕਿ ਇਹ ਲੱਖਾਂ ਰੁਪਈਆਂ ਦੀ ਗੱਲ ਨਹੀਂ, ਇਹ ਗੱਲ ਹੈ ਭਾਵਨਾਵਾਂ ਦੀ, ਕਿਉਂਕਿ ਉਹਨਾਂ ਦੇ ਬਜ਼ੁਰਗਾਂ ਦੇ ਅੰਤਿਮ ਸੰਸਕਾਰ ਇੱਥੇ ਹੋਏ ਹਨ, ਆਖਰੀ ਘਰ ਇਸ ਨੂੰ ਗਿਣਿਆ ਗਿਆ ਹੈ ਅਤੇ ਇਹਦੇ ਉੱਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਅਤੇ ਇਹ ਕਬਜ਼ਾ ਅਸੀਂ ਨਹੀਂ ਹੋਣ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਹਿਲਾਂ ਪ੍ਰਸ਼ਾਸਨ ਨਹੀਂ ਜਾਗਿਆ ਉਹ ਪ੍ਰਸ਼ਾਸਨ ਹੁਣ ਇੱਥੇ ਪਹੁੰਚਿਆ। ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇੱਥੇ ਪਹੁੰਚੇ ਹਨ। ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਸ ਨੈਸ਼ਨਲ ਹਾਈਵੇ ਤੋਂ ਜਾਮ ਨੂੰ ਚੁੱਕਿਆ ਜਾਵੇ। ਪਰ ਜੇ ਗੱਲ ਕੀਤੀ ਜਾਵੇ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਕਬਜ਼ੇ ਨੂੰ ਨਹੀਂ ਰੋਕਿਆ ਜਾਂਦਾ, ਜਦੋਂ ਤੱਕ ਸ਼ਮਸ਼ਾਨ ਘਾਟ ਦੇ ਉੱਤੇ ਹੋ ਰਹੇ ਕਬਜ਼ੇ ਨੂੰ ਨਹੀਂ ਰੋਕਿਆ ਜਾਂਦਾ, ਉਦੋਂ ਤੱਕ ਇਹ ਧਰਨਾ ਇੱਥੋਂ ਨਹੀਂ ਚੁੱਕਿਆ ਜਾਵੇਗਾ। ਕਿਉਂਕਿ ਪਿੰਡ ਵਾਸੀਆਂ ਨੇ ਇਹ ਮੁਸ਼ਕਲ ਆਉਣ ਤੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਦੇ ਕੋਲ ਦਰਖਾਸਤਾਂ ਦਿੱਤੀਆਂ ਸੀ, ਸ਼ਿਕਾਇਤਾਂ ਦਿੱਤੀਆਂ ਸੀ, ਪਰ ਪ੍ਰਸ਼ਾਸਨ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ। ਤਾਂ ਹੁਣ ਮਜਬੂਰੀ ਵਸ ਕਬਜ਼ਾ ਜਦੋਂ ਹੋ ਰਿਹਾ ਸੀ ਤਾਂ ਇਹਦੇ ਉੱਤੇ ਅਸੀਂ ਆਪਣਾ ਇਹ ਧਰਨਾ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਤਾਂ ਕਿ ਕਬਜ਼ਾ ਜਿਹੜਾ ਹੈ ਉਹ ਰੋਕਿਆ ਜਾਵੇ। ਕਿਉਂਕਿ ਇਹ ਕਬਜ਼ਾ ਕਿਸੇ ਦੀ ਜ਼ਮੀਨ ਉੱਤੇ ਨਹੀਂ, ਕਬਜ਼ਾ ਕਿਸੇ ਦੇ ਘਰ ਉੱਤੇ ਨਹੀਂ, ਕਬਜ਼ਾ ਕਿਸੇ ਦੀਆਂ ਦੁਕਾਨਾਂ ਉੱਤੇ ਨਹੀਂ, ਇਹ ਕਬਜ਼ਾ ਕੀਤਾ ਜਾ ਰਿਹਾ ਉਸ ਆਖਰੀ ਅਸਥਾਨ ਉੱਤੇ ਜਿਸ ਅਸਥਾਨ ਦੇ ਨਾਲ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਾਣੇ ਕਿ ਸ਼ਮਸ਼ਾਨ ਘਾਟ ਦੇ ਉੱਤੇ ਕੀਤੇ ਜਾ ਰਹੇ ਕਬਜ਼ੇ ਨੂੰ ਰੋਕਣ ਦੇ ਲਈ ਇਹ ਕੀਤਾ ਜਾ ਰਿਹਾ। ਸਾਡੇ ਨਾਲ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸੁਖਜਿੰਦਰ ਸਿੰਘ ਜੀ, ਕੀ ਇਹ ਸਾਰਾ ਮਾਮਲਾ, ਕਿਉਂ ਲੋਕਾਂ ਨੇ ਧਰਨਾ ਲਗਾਇਆ? ਐਕਚੁਅਲੀ ਕੀ ਮਾਮਲਾ ਕੀ ਹੈ, ਸੰਨ 2022 ਦੇ ਵਿੱਚ ਪੰਚਾਇਤ, ਮੌਜੂਦਾ ਪੰਚਾਇਤ ਨੇ ਮਤਾ ਪਾਇਆ ਵੀ ਇਹ ਜਗ੍ਹਾ ਜਿਹੜੀ ਹੈ ਸ਼ਮਸ਼ਾਨ ਘਾਟ ਵਾਲੀ ਪੁਰਾਣੀ ਜਿਹੜੀ ਹੈ ਬਾਬਾ ਸ਼ਿਵ ਸਿੰਘ ਨੂੰ ਦਿੱਤੀ ਜਾ ਰਹੀ ਹੈ। ਅਤੇ ਜਿਹੜੀ ਉਹ ਸ਼ਿਵ ਸਿੰਘ ਨੇ ਜਗ੍ਹਾ ਕੋਈ ਪਿੰਡ ਦੇ ਵਿੱਚੋਂ ਲੈ ਕੇ ਦੋ ਕੁ ਨਾਲ ਇਹ ਪਿੰਡ ਦੇ ਦਿੱਤੀ, ਉੱਥੇ ਸ਼ਮਸ਼ਾਨ ਘਾਟ ਵੀ ਤਿਆਰ ਹੋ ਗਿਆ, ਕਰੀਬ 2-3 ਮਹੀਨੇ ਤੋਂ ਤਿਆਰ ਹੋ ਰਿਹਾ। ਉਦੋਂ ਤੱਕ ਤਾਂ ਕੋਈ ਗੱਲਬਾਤ ਨਹੀਂ, ਨਾ ਹੀ ਨੋਟਿਸ 'ਚ ਬਾਅਦ 'ਚ ਆਈ ਸਾਡੇ। ਹੁਣ ਪ੍ਰੋਬਲਮ ਇਹ ਖੜੀ ਹੋਈ ਹੈ ਵੀ ਇਹ ਪਬਲਿਕ ਕਹਿੰਦੀ ਵੀ ਜਿਹੜੇ ਕੁਛ ਲੋਕ ਨੇ ਪਿੰਡ ਦੇ ਉਹ ਕਹਿੰਦੇ ਵੀ ਨਹੀਂ ਇਹ ਗਲਤ, ਅਸੀਂ ਉਹ ਸ਼ਮਸ਼ਾਨ ਘਾਟ ਨਹੀਂ, ਅਸੀਂ ਇਹੋ ਰੱਖਣਾ। ਉਹਦੇ ਵਿੱਚ ਇਹਦਾ ਧਰਨਾ ਮਾਰਿਆ, ਪੇਪਰ ਕਰ ਰਹੇ ਹਾਂ, ਜੋ ਵੀ ਜਿਹਦੇ ਖਿਲਾਫ ਬਣਦੀ ਕਾਰਵਾਈ ਉਹ ਹੋ ਜਾਏ।
ਬਿਲਕੁਲ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ, ਕਹਿੰਦੇ ਨੇ ਕਿ ਪੇਪਰ ਵਰਕ ਕਰ ਰਹੇ ਹਾਂ, ਜਿਹਦੇ ਖਿਲਾਫ਼ ਵੀ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਕੁਛ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਭਾਅ ਜੀ ਕੀ ਇਹ ਸਾਰਾ ਮਸਲਾ ਕੀ ਆ? ਅਨੋਖਾ ਹੀ ਮਸਲਾ, ਲੋਕਾਂ ਨੂੰ ਸੁਣਿਆ ਜ਼ਮੀਨਾਂ 'ਤੇ ਕਬਜ਼ੇ ਕਰ ਦਿੰਦੇ ਆ, ਦੁਕਾਨਾਂ 'ਤੇ ਅੱਜ ਸ਼ਮਸ਼ਾਨ ਘਾਟਾਂ 'ਤੇ ਵੀ ਕਬਜ਼ੇ ਹੋਣੇ ਸ਼ੁਰੂ ਹੋ। ਵੇਖੋ ਜੀ, ਦਰਅਸਲ ਗੱਲ ਇਸ ਤਰ੍ਹਾਂ ਵਾ ਕਿ ਜੇ ਸਹੀ ਕਾਰਵਾਈ ਕੀਤੀ ਜਾਵੇ, ਮਤਲਬ ਸੁਣਿਆ ਜਾਵੇ, ਅਤੇ ਕੁਝ ਨਾ ਕੁਝ ਇਹ ਸਰਕਾਰਾਂ ਦੇ ਵਿੱਚ ਵੱਡੀ ਮਤਲਬ ਕੀ ਆ ਕਿ ਇੱਕ ਘਾਟ ਆ ਕਿ ਜਿਹੜੀ ਇੱਕ ਪਿੰਡ ਖੋਖਰ ਫੌਜੀਆਂ ਦੀ ਸ਼ਮਸ਼ਾਨ ਘਾਟ ਦੇ ਉੱਤੇ ਨਜਾਇਜ਼ ਕਬਜ਼ਾ ਹੋ ਰਿਹਾ। ਇਹ ਸਭ ਤੋਂ ਵੱਡਾ ਮੈਂ ਦੋਸ਼ ਜਿਹੜਾ ਵਾ ਸਰਕਾਰ ਨੂੰ ਦਿੰਦਾ। ਇਹ ਸਰਕਾਰ ਦੀ ਸਹਿਮਤੀ ਦੇ ਉੱਤੇ ਕੁਝ ਬੰਦੇ ਜਿਹੜੇ ਇਹ ਕਾਰਵਾਈਆਂ ਕਰਵਾ ਰਹੇ ਨੇ, ਲੇਕਿਨ ਗਲਤ ਗੱਲ ਹੈ ਜੋ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ 47 ਤੋਂ ਪਹਿਲਾਂ ਦੀ ਸ਼ਮਸ਼ਾਨ ਘਾਟ ਹੈ, ਅਤੇ ਬਹੁਤ ਨਿੰਦਣਯੋਗ ਅਤੇ ਬਹੁਤ ਮਾੜੀ ਗੱਲ ਆ। ਪ੍ਰਸ਼ਾਸਨ ਹੁਣ ਪਹੁੰਚ ਗਿਆ ਸੀ ਇੱਥੇ, ਪ੍ਰਸ਼ਾਸਨ ਨੇ ਭਰੋਸਾ ਦਵਾਇਆ ਪਿੰਡ ਵਾਲਿਆਂ ਨੂੰ ਕਿ ਅਸੀਂ ਇਹ ਤੁਹਾਡੀ ਜਿਹੜੀ ਕਾਰਵਾਈ ਆ ਇਹ ਅਗਲੇ 2 ਘੰਟਿਆਂ ਦੇ ਵਿੱਚ ਪਰਚਾ ਕੱਟ ਕੇ ਔਰ ਕਾਰਵਾਈ ਜਿਹੜੀ ਆ ਤੁਹਾਡੀ ਕਰਕੇ ਦਿੰਦੇ ਹਾਂ। ਪਿੰਡ ਵਾਲਿਆਂ ਇਸ ਚੀਜ਼ ਦਾ ਭਰੋਸਾ ਦਿੱਤਾ ਆ ਅਤੇ ਹੁਣ ਇਹ ਜਿਹੜਾ ਨੈਸ਼ਨਲ ਹਾਈਵੇ ਦਾ ਜਾਮ ਹੈ ਖੋਲ੍ਹਿਆ ਜਾ ਰਿਹਾ। ਜੀ ਬਿਲਕੁਲ, ਪਿੰਡ ਵਾਸੀਆਂ ਨੂੰ ਭਰੋਸਾ ਮਿਲਿਆ ਹੈ ਤਾਂ ਹੁਣ ਇਹ ਨੈਸ਼ਨਲ ਹਾਈਵੇ ਜਾਮ ਜਿਹੜਾ ਖੋਲ੍ਹਿਆ ਜਾ ਰਿਹਾ। ਪਰ ਜੇ ਗੱਲ ਕੀਤੀ ਜਾਵੇ ਸਵੇਰ ਤੋਂ ਹੀ ਆਪਣੀ ਆਵਾਜ਼ ਚੁਕਾਉਣ ਦੇ ਲਈ ਨਹੀਂ ਖੋਲ੍ਹਿਆ ਜਾ ਰਿਹਾ, ਨਹੀਂ ਖੋਲ੍ਹਿਆ ਜਾ ਰਿਹਾ, ਹਾਲੇ ਵੀ ਜਾਮ ਨਹੀਂ ਖੋਲ੍ਹਿਆ ਜਾ ਰਿਹਾ, ਨਹੀਂ ਖੋਲ੍ਹਿਆ ਜਾ ਰਿਹਾ ਜਾਮ। ਜਿੰਨਾ ਚਿਰ ਪਰਚਾ ਨਾ ਦਰਜ ਹੋਏਗਾ ਉਹਨਾਂ ਤੇ ਉਹਨਾਂ ਚਿਰ ਜਾਮ ਨਹੀਂ ਖੋਲ੍ਹੇਗਾ। ਜਿੰਨਾ ਚਿਰ ਪੁਲਿਸ ਕਹਿ ਰਹੀ ਕਿ ਜਾਮ ਖੋਲ੍ਹਦੇ ਲੱਗੇ, ਜਾਮ ਉਹ ਸਾਈਡ ਤੇ ਹੋ ਕੇ ਪਰਚਾ ਦਰਜ ਕਰਨ ਲੱਗੇ ਨੇ। ਜਿੰਨਾ ਚਿਰ ਪਰਚਾ ਦਰਜ ਨਹੀਂ ਹੋਊਗਾ ਸਮਾਨ ਵਾਪਸ ਨਹੀਂ ਆਊਗਾ, ਉਹਨਾਂ ਚਿਰ ਜਾਮ ਨਹੀਂ ਖੋਲ੍ਹਿਆ ਜਾਏਗਾ। ਮਤਲਬ ਕਿ ਤੁਸੀਂ ਚਾਹੁੰਦੇ ਹੋ ਕਿ ਸ਼ਮਸ਼ਾਨ ਘਾਟ ਇਹੀ ਰਹਿਣਗੇ? ਸ਼ਮਸ਼ਾਨ ਘਾਟ ਉੱਥੇ ਜਿੱਥੇ ਢਾਇਆ ਉਹ ਬਣੇ ਪਹਿਲਾਂ ਉੱਥੇ ਬਣਾਉਣ, ਉਹਨੂੰ ਜਿੱਦਾਂ ਢਾਇਆ ਉਹਨੂੰ ਬਣਾਉਣ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਾਮ ਨਹੀਂ ਖੋਲ੍ਹਿਆ ਜਾਵੇਗਾ ਕਿਉਂਕਿ ਜਦੋਂ ਤੱਕ ਸ਼ਮਸ਼ਾਨ ਘਾਟ ਵਾਪਸ ਉੱਥੇ ਨਹੀਂ ਆ ਜਾਂਦਾ, ਸਮਾਨ ਸਾਰਾ ਵਾਪਸ ਉੱਥੇ ਨਹੀਂ ਆ ਜਾਂਦਾ, ਉਦੋਂ ਤੱਕ ਇਹ ਜਾਮ ਨਹੀਂ ਖੋਲ੍ਹਿਆ ਜਾਵੇਗਾ। ਜਦੋਂ ਤੱਕ ਕਾਰਵਾਈ ਕਰਦਿਆਂ ਹੋਇਆਂ ਕੇਸ ਰਜਿਸਟਰ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਜਾਮ ਨਹੀਂ ਖੋਲ੍ਹਿਆ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਬਕਾਇਦਾ ਪੁਲਿਸ ਅਧਿਕਾਰੀਆਂ ਨਾਲ ਵੀ ਬਹਿਸ ਰਹੇ ਨੇ ਕਿ ਅਸੀਂ ਇਹ ਜਾਮ ਨਹੀਂ ਖੋਲ੍ਹਾਂਗੇ ਕਿਉਂਕਿ ਜਾਮ ਅਗਰ ਖੋਲ੍ਹ ਦਿੱਤਾ ਤਾਂ ਫਿਰ ਕਾਰਵਾਈ ਉੱਥੇ ਰਹਿ ਜਾਵੇਗੀ। ਭਾਅ ਜੀ ਕੀ ਗੱਲ ਕੀ ਹੋਈ ਆ ਸਾਰੀ, ਕੀ ਕਾਰਵਾਈ ਹੋਈ ਆ ਹੁਣ, ਕੀ ਗੱਲਬਾਤ ਹੋਈ? ਸ਼ਮਸ਼ਾਨ ਘਾਟ ਦੇ ਕਿਉਂ ਸਾਰੀ ਢਾਤੀ ਆ ਜੀ, ਗੈਰ ਕਾਨੂੰਨੀ ਢੰਗ ਨਾਲ ਸਾਡੇ ਪਿੰਡ ਦੀ ਸ਼ਮਸ਼ਾਨ ਘਾਟ ਢਾਤੀ ਹੈ। ਹਾਂਜੀ, ਅੱਜ ਉਹਦੇ ਰੋਸ ਵਿੱਚ ਚੱਕਾ ਜਾਮ ਕੀਤਾ, 47 ਤੋਂ ਬਾਅਦ ਦੀ ਹੈ ਸ਼ਮਸ਼ਾਨ ਘਾਟ ਬਣੀ ਹੈ। ਬਾਹਰਲੇ ਲੋਕ ਆਣ ਕੇ ਇੱਥੇ ਕਬਜ਼ਾ ਕਰਦੇ ਨੇ, ਕਿਸੇ ਬਾਬੇ ਦੇ ਨਾਂ 'ਤੇ ਅਣਖੀਟਾ ਸਾਹਿਬ ਗੁਰਦੁਆਰਾ ਬਣਾ ਕੇ ਇਹਨੂੰ ਦੁਕਾਨਦਾਰੀ ਬਣਾਉਣਾ ਚਾਹੁੰਦੇ। ਸਾਡੀ ਸ਼ਮਸ਼ਾਨ ਘਾਟ ਕਿਉਂ ਢਾਈ? ਸਾਡੇ ਬਜ਼ੁਰਗਾਂ ਦਾ ਇੱਥੇ ਸੰਸਕਾਰ ਹੋਇਆ। ਹਾਂਜੀ, ਪ੍ਰਸ਼ਾਸਨ ਨੇ ਕੀ ਤੁਹਾਨੂੰ ਵਿਸ਼ਵਾਸ ਤਾਂ ਅਸੀਂ ਮੌਕਾ ਵੇਖ ਕੇ ਆਉਂਦੇ ਹਾਂ, ਉਹ ਟਾਲਮ ਢੋਲ ਡੇ ਨੇ ਕਰਨ, ਸਾਨੂੰ ਯਕੀਨ ਨਹੀਂ ਆ ਜੀ ਪ੍ਰਸ਼ਾਸਨ 'ਤੇ ਵੀ ਤੁਸੀਂ ਇੱਕ ਵਾਰੀ ਧਰਨਾ ਚੁੱਕ ਦਿਓ, ਇਹ ਚੱਕਾ ਜਾਮਾ ਹਟਾ ਦਿਓ, ਅਸੀਂ ਤੁਹਾਡੀ ਗੱਲ ਸੁਣਨੇ ਮੌਕਾ ਵੇਖ ਕੇ। ਸਾਨੂੰ ਵਿਸ਼ਵਾਸ ਨਹੀਂ ਹੈ ਗੱਲ 'ਤੇ। ਤੁਸੀਂ ਹੁਣ ਧਰਨਾ ਚੁੱਕਿਆ ਕਿ ਨਹੀਂ? ਨਹੀਂ ਅਜੇ ਚੁੱਕਿਆ, ਨਹੀਂ ਚੁੱਕਿਆ। ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਪਹਿਲਾਂ ਪਰਚਾ ਦਰਜ ਹੋਵੇ ਅਤੇ ਜਿਹੜਾ ਢਾਇਆ ਸਮਾਨ ਜਿਹੜਾ ਨਵੀਂ ਉਹ ਵਾਪਸ ਆਵੇ, ਬਸ ਇਹ ਦੋ ਚੀਜ਼ਾਂ। ਬਿਲਕੁਲ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ ਜਿਹੜਾ ਢਾਇਆ ਹੈ ਵਾਪਸ ਉਸੇ ਜਗ੍ਹਾ 'ਤੇ ਆਵੇ, ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ਼ ਕੇਸ ਰਜਿਸਟਰਡ ਹੋਵੇ, ਉਸ ਤੋਂ ਬਾਅਦ ਹੀ ਇਹ ਧਰਨਾ ਜਿਹੜਾ ਹੈ ਇੱਥੋਂ ਚੱਕਿਆ ਜਾਵੇਗਾ। ਮਾਮਲਾ ਅਨੋਖਾ ਜ਼ਰੂਰ ਹੈ, ਮਾਮਲਾ ਹੈਰਾਨ ਕਰਨ ਵਾਲਾ ਜ਼ਰੂਰ ਹੈ, ਕਿਉਂਕਿ ਕਬਜ਼ੇ ਹੁੰਦੇ ਸੀ ਜ਼ਮੀਨਾਂ 'ਤੇ, ਪਲਾਟਾਂ 'ਤੇ, ਜਗ੍ਹਾ ਦੇ ਉੱਤੇ, ਪਰ ਅੱਜ ਕਬਜ਼ੇ ਹੋ ਰਹੇ ਨੇ ਸ਼ਮਸ਼ਾਨ ਘਾਟ ਦੇ ਉੱਤੇ। ਇੱਕ ਜਿਹੜਾ ਸ਼ਰਮਸ਼ਾਰ ਕਰਦਾ ਇਹ ਮਾਮਲਾ ਹੈ ਕਿ ਹੁਣ ਲੋਕ ਪੰਜਾਬ ਦੇ ਅੰਦਰ ਸ਼ਮਸ਼ਾਨ ਘਾਟਾਂ 'ਤੇ ਵੀ ਕਬਜ਼ਾ ਕਰਨ ਲਈ ਉਤਾਰੂ ਹੋ ਚੁੱਕੇ ਨੇ, ਅਤੇ ਲੋਕਾਂ ਨੂੰ ਆਪਣੇ ਸ਼ਮਸ਼ਾਨ ਘਾਟ ਬਚਾਉਣ ਦੇ ਲਈ ਹਾਈਵੇ ਜਾਮ ਕਰਨੇ ਪੈ ਰਹੇ ਨੇ, ਰੋਸ ਧਰਨੇ ਲਗਾਉਣੇ ਪੈ ਰਹੇ ਨੇ, ਕਿਉਂਕਿ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਤਾਂ ਅਖੀਰ ਮਜਬੂਰੀ ਵਾਸ ਪਿੰਡ ਵਾਸੀਆਂ ਨੂੰ ਧਰਨੇ ਲਗਾਉਣੇ ਪੈਂਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਧਰਨਾ ਜਿਹੜਾ ਹੈ ਹਾਲੇ ਵੀ ਸ਼ੁਰੂ ਹੈ, ਲੋਕਾਂ ਦੇ ਵੱਲੋਂ ਇਹ ਧਰਨਾ ਹਾਲੇ ਖੋਲ੍ਹਿਆ ਨਹੀਂ ਗਿਆ। ਲੋਕਾਂ ਦਾ ਕਹਿਣਾ ਹੈ ਕਿ ਵਿਸ਼ਵਾਸ ਨਹੀਂ ਹੈ ਸਾਨੂੰ ਪ੍ਰਸ਼ਾਸਨ 'ਤੇ, ਪ੍ਰਸ਼ਾਸਨ ਪਹਿਲਾਂ ਵਾਪਸ ਸਾਡਾ ਸ਼ਮਸ਼ਾਨ ਘਾਟ ਪਿੰਡ ਵਾਸੀਆਂ ਨੂੰ ਦਵਾਵੇ, ਅਤੇ ਜਿਨ੍ਹਾਂ ਨੇ ਇਸ ਸ਼ਮਸ਼ਾਨ ਘਾਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰੇ,
ਉਸ ਤੋਂ ਬਾਅਦ ਹੀ ਇਹ ਧਰਨਾ ਨੈਸ਼ਨਲ ਹਾਈਵੇ ਤੋਂ ਚੱਕਿਆ ਜਾਵੇਗਾ। ਦੇਖਣਾ ਹੁਣ ਇਹ ਹੋਏਗਾ ਕਿ ਕਦੋਂ ਇਹਨਾਂ ਪਿੰਡ ਵਾਸੀਆਂ ਦੀ ਆਵਾਜ਼ ਪ੍ਰਸ਼ਾਸਨ ਸੁਣਦਾ ਹੈ ਅਤੇ ਕਾਰਵਾਈ ਕਰਦਾ ਹੋਇਆ ਪਿੰਡ ਵਾਸੀਆਂ ਨੂੰ ਇਨਸਾਫ ਦਵਾਉਂਦਾ ਹੈ। ਕੈਮਰਾਮੈਨ ਲਵਪ੍ਰੀਤ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਬਟਾਲਾ।